दास जागदा जमीर, श्री वाहिगुरु जी का खालसा, श्री वाहिगुरु जी की फतेह। अज असी इत्थे चार साहबजादिया जी दे शहादत नूं प्रणाम करने इकट्ठे होए हाँ। साहबजादिया ने छोटी उम्र विच ही जो हिंद वास्ते या कौम वास्ते बलिदान दिता, उनके वर्गी कोई मिसाल वर्ल्ड नहीं मिलती। अज दे दिन साहबजादा जोरावर सिंह ते साहबजादा फतेह सिंह जी नूं नीहां विच चिनवा दिता गया सी। उस तो बाद जिहड़े उत्थों दे मतलब इस तो पहलां जिहड़े उत्थों दे मोती राम मोहरा मेहरा सी उन्हां ने उन्हां नूं दुध दा लंगर छकाया सी। उस दिन नूं याद करन वास्ते अज इत्थे असीं इक छोटा जिहा कट कीता है ते उन्हां शहीदां नूं असीं कोटन कोटन प्रणाम करदे हाँ। असीं इक देश दी सरकार नूं मैसेज देना चाहुंदे हाँ, प्रधानमंत्री मोदी नूं इक बेनती कर रहे हाँ भी जिहड़े इन्हां साहबजादियां ने जिहड़े छोटी उम्र विच ही हिंद वास्ते अते कौम वास्ते बलिदान दिता है, उसकी यादगिरी विच जिहड़ा आपां 14 नवंबर चिल्ड्रन डे मनाने हाँ, उस नूं आपां साहबजादियां दी शहादत दे याद विच मनाया करिए ताकि उन्हां नूं याद किया जाए। साढ़े बच्चों चंगे संस्कार आन, उन्हां विच उन्हां दे माता पिता जी दे संस्कार सी, उन्हां दे दादा दादी दे संस्कार सी। इस करके मैं मोदी सरकार नूं फिर बेनती करदा वां जिहड़ा असीं चिल्ड्रन डे मनाने हाँ उस नूं आपां साहबजादियां दी शहादत दी याद विच मनाया करिए। श्री वाहिगुरू जी का खालसा, श्री वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਛੋਟਾ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ ਅੰਮ੍ਰਿਤਸਰ ਸਿਟੀ ਤੋਂ ਅੱਜ ਤੁਹਾਡੇ ਨਾਲ ਕੁਝ ਵਿਚਾਰ ਜਿਹੜੇ ਆ ਸਾਂਝੇ ਕਰਨ ਲੱਗੇ ਹਾਂ। ਸੋ ਆਪ ਜੀ ਸਾਹਿਬ ਜੀ ਨੂੰ ਪਤਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਪਰਿਵਾਰ, ਕਿਉਂਕਿ ਸਾਰੇ ਉਹਨਾਂ ਨੂੰ ਸਰਬੰਸਦਾਨੀ ਕਹਿੰਦੇ ਨੇ, ਉਹਨਾਂ ਇਹਨਾਂ ਦੇ ਦਿਨਾਂ ਦੇ ਵਿੱਚ ਆਪਣਾ ਜਿਹੜਾ ਪਰਿਵਾਰ ਹੈ ਜਿਹੜਾ ਸਾਰਾ ਜਿਹੜਾ ਵਾਰਿਆ ਵਾ। ਸੋ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਵਿੱਚ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਅੱਜ ਅਸੀਂ ਸਾਰੇ ਜਿਹੜੇ ਆ ਉਹਨਾਂ ਦੇ ਬੱਚੇ ਜਿਹੜੇ ਇਕੱਤਰ ਹੋ ਕਰਕੇ ਅੱਜ ਅਰਦਾਸ ਬੇਨਤੀ ਕੀਤੀ ਆ। ਸੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਹਾਰ ਸਿੰਘ ਜੀ ਜਿਹੜੇ ਚਮਕੌਰ ਦੀ ਗੜੀ ਦੇ ਅੰਦਰ ਮੈਦਾਨੇ ਜੰਗ ਦੇ ਅੰਦਰ ਸ਼ਹੀਦੀ ਜਿਹੜੀ ਉਹਨਾਂ ਨੇ ਪਾਈ, ਸੋ ਉਹਨਾਂ ਦੇ ਜਿਹੜੇ ਦੋ ਛੋਟੇ ਫਰਜ਼ੰਦ ਸੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕਰਕੇ ਮਾਤਾ ਗੁਜਰੀ ਜੀ ਨੂੰ ਕੁਝ ਸਮਾਂ ਜਿਹੜਾ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਬਹੁਤ ਸਾਰੇ ਲਾਲਚ ਦਿੱਤੇ ਗਏ ਕਿ ਤੁਸੀਂ ਈਨ ਜਿਹੜੀ ਆ ਮੰਨ ਜਾਓ, ਮੁਸਲਮਾਨ ਧਰਮ ਜਿਹੜਾ ਇਸਲਾਮ ਨੂੰ ਜਿਹੜਾ ਤੁਸੀਂ ਕਬੂਲ ਕਰ ਲਏ। ਸੋ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਜਿਹੜਾ ਵਾ ਆਪਣੀ ਜੁੱਤੀ ਦੀ ਨੋਕ ਦੇ ਨਾਲ ਜਿਹੜਾ ਟੁਕਰਾ ਦਿੱਤਾ। ਸੋ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਤਸੀਹੇ ਦਿੱਤੇ ਗਏ, ਬਹੁਤ ਸਾਰੇ ਲਾਲਚ ਦਿੱਤੇ ਗਏ। ਉਹਨਾਂ ਨੇ ਈਨ ਨਹੀਂ ਮੰਨੀ, ਤਾਂ ਈਨ ਇੱਕ ਸਿੱਖੀ ਸਰੂਪ ਦਾ ਕਰਕੇ ਨਹੀਂ ਮੰਨੀ। ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਨਾ ਤਾਂ ਕੋਈ ਲਾਲਚ ਦਿੱਤਾ ਜਾਂਦਾ ਵਾ, ਨਾ ਤਾਂ ਕੋਈ ਰਾਜ ਭਾਗ ਦਿੱਤਾ ਜਾਂਦਾ ਵਾ, ਆਪਾਂ ਆਪ ਹੀ ਜਾ ਕਰਕੇ ਜਿਹੜੇ ਆਪਣੇ ਕੇਸ ਜਿਹੜੇ ਆ ਕਤਲ ਕਰਾ ਰਹੇ ਹਾਂ। ਸੋ ਮੇਰੀ ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਛੋਟਿਆਂ ਵੱਡਿਆਂ ਨੂੰ ਬੇਨਤੀ ਆ ਕਿ ਬਾਣੀ ਦੇ ਧਾਰਨੀ ਹੋਵੋ। ਮਹਾਰਾਜ ਜੀ ਦਾ ਹੁਕਮ, ਬਾਣੀ ਬਾਣਾ ਪੰਖ ਸਜਾਨੋ ਸਿੰਘ ਗੁਰੂ ਕਾ ਪੰਛੀ ਜਾਨੋ, ਜਿਹੜਾ ਬਾਣੀ ਤੇ ਬਾਣੇ ਦਾ ਧਾਰਨੀ ਹੋ ਜਾਂਦਾ ਉਹਦਾ ਜਿਹੜਾ ਪਾਰ ਉਤਾਰਾ ਹੁੰਦਾ ਵਾ, ਕੋਈ ਕਿਸੇ ਵੀ ਧਰਮ ਦੇ ਨਾਲ ਜਿਹੜਾ ਸੰਬੰਧ ਰੱਖਦਾ ਵਾ। ਸੋ ਆਪਣੇ ਧਰਮ ਦੇ ਵਿੱਚ ਰਹਿ ਕਰਕੇ ਸਿੱਖ ਮਰਿਆਦਾ ਨੂੰ ਅਪਣਾ ਕਰਕੇ ਤੁਸੀਂ ਆਪਣਾ ਜੀਵਨ ਜਿਹੜਾ ਬਤੀਤ ਕਰੋ, ਇੱਥੇ ਵੀ ਆਪਣਾ ਜਿਹੜਾ ਲੋਕ ਵੀ ਪ੍ਰਲੋਕ ਵੀ ਜਿਹੜਾ ਆਪਣਾ ਸਫਲ ਹੋ ਜਾਵੇਗਾ। ਸੋ ਮੇਰੀਆਂ ਇੰਨੀਆਂ ਬੇਨਤੀਆਂ ਨੂੰ ਪ੍ਰਣਾਮ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।